ਜਿਹੜਾ ਵੀ ਲੌਂਡਾ ਇਹ ਪੇਜ ਚਲਾਉਂਦਾ ਵਾ ਨਾ, ਮੇਰੀਆਂ ਇਹ ਤੇ ਖਾਸੀਆਂ ਵੀਡੀਓਜ਼ ਪਈਆਂ ਹੋਈਆਂ ਸੱਚੀ, ਐਡਾ ਮੇਰੇ ਤੇ ਜੋ ਵੀ ਹੁਣ ਵੀਡੀਓ ਬਣਾ ਕੇ ਪਾਊਗਾ ਨਾ, ਉਹਦੇ ਤੇ ਪਰਚਾ ਹੋਊਗਾ। ਤੁਸੀਂ ਕੀ ਲੈਣਾ ਭੈਣ ਚੋ, ਤੋਂ ਕਿਸੇ ਦੀ ਧੀ ਭੈਣ ਤੋਂ ਤੁਸੀਂ ਆਪਣੀ ਹੀ ਸਾਂਭ ਲਓ, ਤੁਹਾਨੂੰ ਕਿਹੜੇ ਹੱਕ ਦਿੱਤਾ? ਇਹ ਨਾ ਕੈਨੇਡਾ ਨਹੀਂ ਹੈਗਾ ਕੁੱਤੇ ਕਿਸੇ ਥਾਂ। ਹਾਂਜੀ ਬਾਈ, ਇੱਕ ਜਸਨੀਤ ਕੌਰ ਨੇ ਵੀਡੀਓ ਪਾਈ ਹੈਗੀ, ਕਹਿੰਦੀ ਮੇਰੇ ਤੇ ਚੰਗਾ ਮੰਦਾ ਨਾ ਬੋਲੋ, ਮੈਨੂੰ ਕਹਿੰਦੀ ਜੇ ਨਹੀਂ ਚੰਗੇ ਲੱਗਦੇ ਤਾਂ ਫੋਲੋ ਨਾ ਕਰੋ, ਨਾ ਦੇਖੋ ਹਨਾ। ਚੱਲ ਅਸੀਂ ਮੰਨ ਲਿਆ ਵੀ ਤੁਹਾਨੂੰ ਅਸੀਂ ਨਹੀਂ ਦੇਖਦੇ, ਨਹੀਂ ਫੋਲੋ ਕਰਦੇ, ਪਰ ਕਈ ਵਾਰੀ ਪਰਿਵਾਰ 'ਚ ਬੈਠੇ ਹੁੰਦੇ, ਹੁਣ ਹਰੇਕ ਘਰ 'ਚ ਮੋਬਾਈਲ ਨੇ, ਉੱਥੇ ਕਈ ਵਾਰੀ ਖੋਲੀ ਬੈਠਣਾ ਆਟੋਮੈਟਿਕ ਤੇਰੀ ਵੀਡੀਓ ਮੂਹਰੇ ਆ ਜਾਂਦੀ ਆ, ਕਦੇ ਤੂੰ ਕੀ ਕਰੀ ਜਾਂਦੀ, ਉਹਨੇ ਝੁੱਗਾ ਚੱਕੀ ਖੜੀ, ਕਦੇ ਕੀ ਕਰਨ ਲੱਗ ਜਾਂਦੀਆਂ। ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ। ਦੁੱਗ ਨੰਬਰ ਤੇ ਤੂੰ ਕਹਿੰਦੀ ਮੈਂ ਪਰਚਾ ਕਰਾ ਦੂੰ, ਐ ਤੇਰਾ ਰਾਜ ਨਹੀਂ ਚੱਲਦਾ ਹੈਗਾ ਕੋਈ, ਤੂੰ ਪਰਚਾ ਕਰਾ ਦੇਂਗੀ ਹਰੇਕ ਤੇ, ਠੀਕ ਆ? ਜਦੋਂ ਮਾੜਾ ਬੋਲਦੀ ਆ, ਮਾੜਾ ਕੰਮ ਕਰਦੀ ਆ, ਤੈਨੂੰ ਤਾਂ ਕਹਿੰਦੇ ਨੇ ਸਾਰੇ, ਨਹੀਂ ਤੈਨੂੰ ਕੋਈ ਨਹੀਂ ਕਹਿੰਦਾ ਸੀਗਾ। ਹੁਣ 18-19 ਸਾਲ ਦੀਆਂ ਕੁੜੀਆਂ ਨੇ, ਉਹ ਬੇਸਮਝ ਨੇ ਹਨਾ, ਜਿਹੜੀਆਂ ਵੱਡੀਆਂ ਕੁੜੀਆਂ ਨੇ ਉਹਨਾਂ ਤਾਂ ਸਮਝ ਹੈਗੀ ਆ, ਜਿਹੜੇ 18-18-19-19 ਸਾਲ ਦੀਆਂ ਕੁੜੀਆਂ ਨੇ ਬਾਹਰ ਪੜ੍ਹਦੀਆਂ ਨੇ, ਮੋਬਾਈਲ ਨੇ ਸਾਰਿਆਂ ਕੋਲੇ, ਉਹਨਾਂ ਤੇ ਕਿੰਨਾ ਗਲਤ ਅਸਰ ਪੈਂਦਾਗਾ, ਠੀਕ ਆ? ਉਹ ਨਹੀਂ ਸਮਝਦਾ ਰਹੀ, ਉਹਨਾਂ ਤੇ ਬਹੁਤ ਗਲਤ ਅਸਰ ਪੈਂਦਾ। ਤੂੰ ਗਲਤ ਕਰਦੀ ਆ ਤਾਂ ਤੈਨੂੰ ਮਾੜਾ ਕਹਿੰਦੇ ਨੇ, ਤੂੰ ਚੰਗਾ ਕੰਮ ਕਰ, ਤੈਨੂੰ ਕੋਈ ਨਹੀਂ ਰੋਕਦਾ ਹੈਗਾ। ਜੇ ਬਾਈ ਮੈਂ ਗਲਤ ਆ, ਮੇਰੀਆਂ ਵੀਡੀਓ ਖੋਲ ਕੇ ਦੇਖ ਲਓ, ਤਾਂ ਮੈਨੂੰ ਤੁਸੀਂ ਕਹਿ ਸਕਦੇ ਹੋਗੇ, ਤੇ ਥੱਲੇ ਕਮੈਂਟਾਂ 'ਚ ਜ਼ਰੂਰ ਦੱਸੋ ਵੀ ਕੌਣ ਗਲਤ ਆ ਤੇ ਕੌਣ ਸਹੀ ਆ। ਜੀ ਲੌਂਡੇ ਨਾ, ਫਾਲਤੂ ਲੌਂਡੇ ਵੀਡੀਓ ਨਾ ਬਣਾਉਣ, ਇਹ ਨਾ ਹੋਵੇ ਤੁਹਾਡੇ ਤੇ ਇੰਨਾ ਤਕੜਾ ਪਰਚਾ ਪੈ ਜਾਵੇ ਨਾ ਕਿ ਤੁਸੀਂ ਤੁਹਾਡੇ ਭਾਂਡੇ ਵੀ ਵਿਕ ਜਾਣ, ਠੀਕ ਹੈ? ਔਕਾਤ 'ਚ ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਜੱਜ ਕਰਨ ਵਾਲੇ? ਤੁਹਾਨੂੰ ਕਿਹਨੇ ਹੱਕ ਦਿੱਤਾ? ਕਮੈਂਟ ਕਰਕੇ ਦੱਸੋ ਤੁਹਾਨੂੰ ਕੌਣ ਸਹੀ ਹੈ ਤੇ ਕੌਣ ਗਲਤ ਲੱਗਦਾ ਹੈ, ਤੇ ਇਦਾਂ ਦੀਆਂ ਹੀ ਵੀਡੀਓ ਤੇ ਸੂਚਨਾਵਾਂ ਦੇਖਣ ਲਈ ਸਾਡਾ ਇੰਸਟਾਗ੍ਰਾਮ ਤੇ ਵੀ ਪੇਜ ਫੋਲੋ ਕਰ ਲਵੋ, ਜੋ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ। ਟੌਪ ਗਨ ਬਨ, ਧੰਨਵਾਦ।